ਸਾਡੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਸਾਰਿਆਂ ਨੇ ਬਹੁਤ ਹੀ ਘੈਂਟ ਹੋਵੋਗੇ। ਅੱਜ ਜਿਹੜੀ ਵੀਡੀਓ ਵਿਖਾਦੀ ਆ ਹਸ਼ਮੀ ਦੀ ਇੱਕ ਵੀਡੀਓ, ਜੀ ਸਰਕਾਰ ਦਾ ਜਿਹੜਾ ਇੱਕ ਸ਼ੋਅ ਆਉਂਦਾ ਉਹ ਆਪਾਂ ਦੇਖਾਂਗੇ ਨਿਊ ਨਿਊਜ਼ HD 'ਤੇ, ਅਤੇ ਦੇਖਦੇ ਹਾਂ ਉਹ ਸ਼ੋਅ ਵਿੱਚ ਉਹਨਾਂ ਨੇ ਆਪਣੀ ਆਵਾਜ਼ ਦਾ ਕੀ ਜਾਦੂ ਵਗੈਰਾ। ਛੋਟੀ ਜਿਹੀ ਕੁੜੀ ਹੁੰਦੀ ਸੀ, ਆਪਾਂ ਇਹਨਾਂ ਦੇ ਅੱਗੇ ਵੀ ਰਿਐਕਸ਼ਨ ਬਣਾਏ ਸੀਗੇ, ਬਹੁਤ ਘੈਂਟ ਆਵਾਜ਼ ਆ। ਦੇਖਦੇ ਹਾਂ ਵੀਡੀਓ, ਦੇਖੋ ਪੂਰੀ ਬਿਲਕੁਲ ਐਂਡ ਤੱਕ ਆ ਜਾਓ। ਅਬ ਇੱਕ ਹਮਾਰੇ ਪਾਸ ਔਰ ਬੜੇ ਨੰਨੀ ਸੁਪਰ ਸਟਾਰ ਮੌਜੂਦ ਹੈ, ਅਗਰ ਆਪਕੀ ਇਜਾਜ਼ਤ ਹੋ ਤੋ ਸਰ। ਔਰ ਕਿਆ ਖੂਬਸੂਰਤ ਆਵਾਜ਼ ਕੀ ਮਾਲਿਕ ਹੈ, ਬਹੁਤ ਸਾਰੀ ਤਾਲੀਆਂ ਲੇਡੀ ਜਿਹੜੇ ਬੈਠੇ ਵੀ ਜਾਨ ਮੋਹਤਰਮਾ ਹਾਦੀ ਹਾਸ਼ਮੀ ਸਾਹਿਬਾ ਜੀ ਬੜਾ ਫਰਕ ਆ ਕੁੜੀਆਂ ਤੇ ਮੁੰਡਿਆਂ ਦਾ, ਬੜਾ ਫਰਕ ਆ। ਕੁੜੀਆਂ ਹਮੇਸ਼ਾ ਜ਼ਿਆਦਾ ਜਲਦੀ, ਆਪਾਂ ਕਹਿੰਦੇ ਹੈਗੇ ਜਲਦੀ ਵੱਧਦੀਆਂ। ਚਲੋ ਜੀ, ਕੈਸੇ ਹੋ ਆਪ? ਮੈਂ ਠੀਕ ਹੂੰ, ਆਪ ਕੈਸੇ ਹੈਂ? ਮੈਂ ਬਿਲਕੁਲ ਠੀਕ ਹੂੰ। ਹਾਦੀਆ, ਆਪ ਕਿਤਨੇ ਸਾਲ ਕੇ ਥੇ ਜਬ ਸੇ ਆਪਨੇ ਗਾਣਾ ਸ਼ੁਰੂ ਕੀਆ? ਐਕਚੁਅਲੀ ਵੈਨ ਆਈ ਵਾਸ 7 ਇਅਰਸ, ਤੋ ਇੱਕ ਦਿਨ ਸਕੂਲ ਮੇ ਕੰਪੀਟੀਸ਼ਨ ਹੋ ਰਹੇ ਥੇ ਨਾਤੋ ਕੇ ਔਰ ਤਨਾਨੋ ਕੇ, ਤੋ ਫਿਰ ਮੈਨੇ ਆਪਣੇ ਪਾਪਾ ਸੇ ਕਹਾ ਕਿ ਮੈਂ ਪਾਰਟਿਸਿਪੇਟ ਕਰ ਸਕਤੀ ਹੂੰ, ਤੋ ਉਹਨੇ ਕਹਾ ਥਾ ਅਗਰ ਆਪਕੇ ਦਿਲ ਕਰਤੇ ਤੋ ਆਪ ਜ਼ਰੂਰ ਕਰ ਸਕਤੀ ਹੋ। ਓਕੇ, ਤੋ ਮਜ਼ਾ ਆ ਰਿਹਾ ਥਾ, ਲੱਗ ਰਿਹਾ ਸੀਡੀ ਖਰਾਬ ਹੋ ਗਈ ਤੇ ਉੱਤੇ ਚੱਲੀ। ਇੰਨੀ ਉਮਰ ਵਿੱਚ ਤੇ ਅਸੀਂ ਇੰਜ ਕਰਦੇ ਸਾਂ। ਤੋ ਤਬ ਮੇਰੇ ਮੈਡਮ ਨੂੰ ਜਾ ਕੇ ਇੱਕ ਤਰਾਨਾ ਪੜਾ ਥਾ, ਇਹ ਵਤਨ ਕੇ ਸਜੀਲੇ ਜਵਾਨੋ। ਅੱਛਾ, ਕੈਸੀ ਪੜਾ ਥਾ? ਵਤਨ ਕੇ ਸਜੀਲੇ ਜਵਾਨ, ਮੇਰੇ ਨਗਮੇ ਤੁਮਹਾਰੇ ਲੀਏ ਹੈ, ਮੇਰੇ ਨਗਮੇ ਤੁਮਹਾਰੇ ਲੀਏ ਹੈ। ਵਤਨ ਕੇ ਸਜੀਲੇ ਜਵਾਨੋ, ਚਾਂਸ ਨੀ ਮਿਲਤਾ ਥਾ ਕਹੀਂ ਪੇ ਵੀ ਗਾਣੇ ਕਾ, ਤੋ ਮੇਰੇ ਬਾਬਾ ਨੇ ਕਹਾ ਚਲੋ ਕੋਈ ਬਾਤ ਨਹੀਂ, ਫਿਰ ਉਹ ਮੇਰੇ ਰੇਡੀਓ ਪਾਕਿਸਤਾਨ ਲੈ ਗਏ, ਫਿਰ ਵਹਾਂ ਪੇ ਮੈਂ ਪੜ੍ਹਤੀ ਥੀ ਤਰਾਨੇ ਵਗੈਰਾ, ਤੋ ਵਹਾਂ ਉਸਕੇ ਬਾਅਦ ਵੀ ਫਿਰ ਮੇਰੇ ਨਜ਼ਰੀਆ ਪਾਕਿਸਤਾਨ ਮੇਂ ਪੂਰਾ 1 ਇਅਰ ਵਿਨ ਕੀਆ ਹੈ, ਔਰ ਜਿਸਨੇ 1 ਇਅਰ ਪੂਰਾ ਵਿਨ ਕਰਨਾ ਥਾ ਉਸਕੋ ਇਤਨੀ ਬੜੀ ਟਰਾਫੀ ਮਿਲੀ ਥੀ, ਤੋ ਵਹ ਮੈਨੇ ਵਿਨ ਕੀ ਥੀ। ਵਾਓ, ਮੇਰੇ ਜਿਤਨੇ ਵੀ ਕੰਪੀਟੀਸ਼ਨ ਕੀਏ ਨਾ, ਮੇਰੇ ਮੰਮਾ ਨਾ ਘਰ ਬੈਠ ਕੇ ਨਾ ਦੁਆਈ ਕਰਦੀ ਥੀ ਕਿ ਮੇਰੀ ਬੇਟੀ ਨਾ ਫਸਟ ਪੋਜੀਸ਼ਨ ਆ ਜਾਏ, ਮੇਰੀ ਬੇਟੀ ਕੀ, ਤੋ ਮੇਰੀ ਫਸਟ ਆ ਜਾਂਦੀ ਥੀ। ਔਰ ਆਪਕੋ ਪਤਾ ਹੈ 50% ਨਾ ਮੈਂ ਖੁਦ ਕਰਦੀ ਥੀ, ਔਰ 50% ਮੈਂ ਅੱਲਾਹ ਤਾਲਾ ਪੇ ਛੋੜ ਦਿੱਤੀ ਥੀ, ਤੋ ਇਸ ਤਰ੍ਹਾਂ ਹੋ ਜਾਂਦਾ ਥਾ। ਅਰੇ ਅੱਲਾਹ ਅਕਬਰ ਭਾਈ, ਵਾਹ ਵਾਹ ਵਾਹ, ਜਿਸ ਨੇ ਗੱਲਾਂ ਕਰੀ ਬੜਾ ਉਹ ਬਚਪਨਾ ਵੀ ਹੈ, ਛੋਟਾ ਸਾ ਬਰਕਤ ਭਾਈ ਨਜ਼ਰ ਆਗੇ ਬੱਚੀ ਹੈ। ਮੈਂ ਇੱਕ ਸੁਲਤਾਨ ਮੇਂ ਅਕੈਡਮੀ ਆ, ਵਹਾਂ ਪੇ ਮੈਂ ਸਿੱਖਤੀ ਹੂੰ। 2 ਮੰਥਸ ਬਾਅਦ ਨਾ ਤੋ ਆਡੀਸ਼ਨ ਲੈਣੇ ਆਏ ਥੇ ਜ਼ੁਲਫੀ ਅੰਕਲ ਚ, ਤੋ ਉਹਨੇ ਕਿ ਮੈਨੂੰ ਸੁਣਾ, ਤੋ ਨਾ ਉਹਨੇ ਕਹਾ ਥਾ ਕਿ ਆਪਨੇ ਵੀ ਸਭਸੇ ਜ਼ਿਆਦਾ ਅੱਛਾ ਯਹਾਂ ਪੇ ਗਾਇਆ, ਫਿਰ ਉਹਨੇ ਮੇਰੇ ਸਿਲੈਕਟ ਕਰ ਲਿਆ। ਆਡੀਸ਼ਨ ਤਬ ਥੇ ਨਾ, ਕਿਉਂਕਿ ਤੋ ਉਹਨੇ ਮੇਰੇ ਸੌਂਗ ਦੀਆ ਬੋਲ ਹੂ, ਜੋ ਬਹੁਤ ਫੇਮਸ ਹੋਇਆ ਥਾ, ਉਸਕੇ 25.  ਤੋ ਕੁਛ ਕੇ ਮਿਲੀਅਨ ਵਿਊਜ਼ ਹੈ, ਬੋਲ ਹੂ। ਚਲੋ ਵੋ ਵੀ ਆਪ ਸੁਣਾ ਦੋ ਥੋੜਾ ਸਾ, ਦੋ 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 ਹਾਂ, ਇਤੇ ਆਪਾਂ ਰਿਐਕਸ਼ਨ ਬਣਾਇਆ ਹੋਇਆ। ਮੇਰੇ ਸਾਰੇ ਨੀ ਨੀ ਸਾ ਥਾ ਨੀ ਰੇ ਸਾ ਵਿੱਚ ਸਜਦੇ ਤੂੰ ਕਿਉਂ ਹੈ, ਤੂੰ ਸੋਚ ਜ਼ਰਾ
कॉन्फिडेंस किन्ना ना सुभान अल्लाह जीती रहो खुश रहो थैंक यू 2020 बेस्ट सिंगर अवार्ड मिला माशाल्लाह ओह यस बेस्ट सिंगर अवार्ड मिला फर्स्ट टाइम साहब के साथ गाया इन्होंने क्या बात और हिंदुस्तान में कुछ लोगों ने सुना और वहाँ के एक बहुत बड़े सिंगर ने कहा कि ये इतने अरसे बाद मुझे एक ऐसी आवाज़ सुनने को मिली है जो मुझे लगा कि मेरी रूह की गिज़ा है क्या बात माशाल्लाह बहुत सारी तालियां जी आँस खोले ने तेरिया यादा ने मिले सजना परे आदाने मेरे दिलदा सूना तक वेड़ा दर्दान ठेकाना लब आए तो ना बिछड़ के मिले चन सजना सारा गलत जमाना लब आए तस्वीर तेरे गोडे कितने ये रक्स बिस्मिल का भी आपने ओएसटी थोड़ा सा अगर गुनगुना दे ब्यूटीफुल इशी साइन रियली उसमें तो मैं थी बहुत सारी तालियां जी, जी, जी मेरे मेहमानों के लिए जी एक बड़ी आवाज सी ना वाली आने लग रही जी कोई मैच्योर बंदा गा रहा है जन प्रीत लगा के दूर बसो हमारी नगरी सर हमेशा जो इदा का सुर उच्चा लगता ना तो नीवे आंदे होए बंदा बेसुरा होंदा किन्ना सोहना सुर दी पकड़ है यार किन्ना वधिया कमाल है इनी छोटी उम्र च ते मोहे सुंदर मुख दिखला जाना ते मोहे सुंदर मुख दिखला जाना सा सा सर सा सा सर सनी सा 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 सर सा मामा गर सनी सा सा मतलब कि जिन्नी कि छोटी उम्र आ उस नालों पता नहीं किन्ने गुणा ज़्यादा एक्सपीरियंस लग रहा आवाज़ के जरिए आवाज़ इन्नी खूबसूरत आ उतो सुर इन्ने पक्के है एंड कॉन्फिडेंस बा कमाल कॉन्फिडेंस मतलब कि बिल्कुल एक हुंदा कोई हिचकचाहट नहीं कोई नर्वस मतलब नहीं नर्वस क्यों नहीं क्योंकि वो अच्छी अच्छी गल्ला कर रही है जिवें जो आप घर बैठे ने ये मतलब वो है प्यार का मतलब हाँ। प्यार तरीके ना बोल दी सब ना अपना समझ के सब ने बोल दी पिए या हाँ मतलब कि बड़े फ्रैंकली जी गल कर रही ना कि मैं इदा किता सी ना तो उठे आए हो गया हां वही मतलब
ਕੌਨਫੀਡੈਂਸ ਹੈ ਬਹੁਤ ਜ਼ਿਆਦਾ ਵਧੀਆ ਹੈ, ਕੌਨਫੀਡੈਂਸ ਹੀ ਸਭ ਤੋਂ ਵਧੀਆ ਚੀਜ਼, ਸਭ ਤੋਂ ਵਧੀਆ ਚੀਜ਼ ਹੈ ਵਾਕਈ। ਕਿਉਂਕਿ ਫਿਰ ਇਹ ਵੀ ਹੁੰਦਾ ਕਿ ਲਿਮਿਟ ਰੱਖਣੀ ਹੈ ਆਪਣੀ, ਇੱਕ ਉਹ ਲਿਮਿਟ ਵੀ ਹੈ ਜ਼ਰੂਰੀ ਹੈ। ਓਵਰ ਕੌਨਫੀਡੈਂਟ ਵੀ ਕਈ ਵਾਰੀ ਬਹੁਤ ਨੁਕਸਾਨ ਦਿੰਦਾ। ਅਤੇ ਆਵਾਜ਼, ਮੈਂ ਤਾਂ ਕਾਫੀ ਟਾਈਮ ਬਾਅਦ, ਮੇਰੇ ਖਿਆਲ ਆਪਾਂ ਉਦੋਂ ਦਾ ਰਿਐਕਸ਼ਨ ਬਣਾਇਆ ਹੋਇਆ ਬੋਲਹੂ, ਅਤੇ ਇੱਕ ਅੱਧੀ ਹੋਰ ਕੋਈ ਵੀਡੀਓ ਸੀ ਬਣਾਈ ਹੋਈ ਹੈ। ਉਸ ਤੋਂ ਬਾਅਦ ਅੱਜ ਦੇਖਿਆ ਇਸ ਕੁੜੀ ਨੂੰ, ਅਤੇ ਕੁੜੀ ਉਦੋਂ ਛੋਟੀ ਜਿਹੀ ਸੀ, ਅਤੇ ਅੱਜ ਮਤਲਬ ਕਿ ਕਿੰਨੀ ਵੱਡੀ ਹੋ ਗਈ ਉਸ ਟਾਈਮ ਨਾਲੋਂ, ਹੈ ਨਾ। ਅਤੇ ਮੇਰੇ ਖਿਆਲ ਵੱਧ ਤੋਂ ਵੱਧ ਸਾਲ ਕੁ ਪਹਿਲਾਂ ਆਪਾਂ ਰਿਐਕਸ਼ਨ ਬਣਾਇਆ ਹੋਣਾ ਮੇਰੇ ਖਿਆਲ, ਪੁਰਾਣੀ ਵੀਡੀਓ ਬਣਾਈ ਹੋਣੀ ਹੈ ਆਪਾਂ। ਹਾਂ, ਇਹ ਨਵੀਂ ਵੀਡੀਓ ਆ, ਅਤੇ ਸਹੀ ਹੈ ਯਾਰ। ਮਤਲਬ ਕਿ ਇੱਕ ਟੈਲੈਂਟ ਹੈ, ਰਿਆਜ਼ ਦਾ ਪਤਾ ਲੱਗਦਾ ਪਿਆ, ਗਲੇ ਦਾ, ਗਲੇ ਦੀਆਂ ਹਰਕਤਾਂ ਦਾ, ਕਿ ਮਿਹਨਤ ਕੀਤੀ ਹੈ ਕੁੜੀ ਨੇ, ਹੈ ਨਾ। ਆ ਕੇ ਨਾ ਕੋਈ ਦੱਸਦਾ ਨਹੀਂ ਹੁੰਦਾ ਮੈਂ ਇੱਥੋਂ ਸਿੱਖਦਾ ਪਿਆ, ਇਹਨੇ ਆ ਕੇ ਦੱਸਿਆ ਵੀ ਪਹਿਲਾਂ ਮੈਂ ਇੱਥੋਂ ਸਿੱਖ ਰਹੀ ਹਾਂ ਇਹ ਉਹ। ਪਿਓਰ ਹਾਰਟ ਆ, ਮਤਲਬ ਹਜੇ ਉਹ ਬੱਚੀ ਆ, ਅਤੇ ਬੱਚਿਆਂ ਦਾ ਜਿਹੜਾ ਬੱਚਿਆਂ 'ਚ ਰੱਬ ਵੱਸਦਾ, ਪਿਓਰ ਹਾਰਟ ਆ, ਕੋਈ ਨੋ ਹਾਰਡ ਫੀਲਿੰਗਸ। ਅਤੇ ਸਹੀ ਆ ਆ ਜਿਹੜਾ ਇੱਕ ਆਹ ਵਾਲਾ ਗਾਣਾ ਸੀ, ਇੱਕ ਆਮਿਲ ਸਾਂਵਲੀ ਯਾਰ ਵੇ, ਹੈ ਨਾ। ਅਤੇ ਇੱਕ ਜਿਹੜਾ ਇਸ ਤੋਂ ਪਹਿਲਾਂ ਗਾਇਆ ਸੀਗਾ, ਉਹ ਬਹੁਤ ਘੈਂਟ ਗਾਇਆ ਸੀ, ਬਹੁਤ ਜ਼ਬਰਦਸਤ। ਮਤਲਬ ਇੱਕ ਉਹ ਐਂ ਲੱਗ ਰਿਹਾ ਸੀ ਜਿਵੇਂ ਇੱਕ ਵੱਡੇ ਕੋਈ ਗਾਉਂਦਾ, ਹੈ ਨਾ। ਅਤੇ ਜਿਵੇਂ ਆਪਣੇ ਪੁਰਾਣੇ ਪੰਜਾਬੀ ਕਈ ਸਿੰਗਰ ਹੈਗੇ ਆ, ਅਤੇ ਜਾਂ ਹੋਰ ਵੀ ਇੱਦਾਂ ਦੀ ਸਿੰਗਿੰਗ, ਮਤਲਬ ਕਿ ਜਿਹੜੀ ਜਿਵੇਂ ਨਸੀਬੋ ਲਾ ਲਓ ਕਿ, ਜਾਂ ਹੋਰ ਵੀ ਪਾਕਿਸਤਾਨ ਦੀਆਂ ਕਈ ਇੱਦਾਂ ਦੀਆਂ ਸਿੰਗਰ ਆ, ਇੱਧਰਲੇ ਪੰਜਾਬ ਦੀਆਂ ਵੀ ਸਿੰਗਰਸ ਹੈਗੀਆਂ। ਮੈਨੂੰ ਨਾਮ ਨਹੀਂ ਯਾਦ ਆ ਰਿਹਾ, ਸੁਰਜੀਤ ਕੌਰ ਹੁੰਦਾ, ਕੀ ਨਾਮ ਸੀਗਾ। ਮਤਲਬ ਕਿ ਉਹ ਬੜੀਆਂ ਸੋਹਣੀਆਂ ਸੋਹਣੀਆਂ ਉਹਨਾਂ ਦੀਆਂ ਜਿਹੜੀਆਂ ਗਲੇ ਦੀਆਂ ਹਰਕਤਾਂ ਦੇਖ ਸੁਣਨ ਨੂੰ ਮਿਲਦੀਆਂ। ਮਜ਼ਾ ਆਇਆ ਦੇਖ ਕੇ ਵੀਡੀਓ, ਐਂਡ ਬੈਸਟ ਵਿਸ਼ਿਜ਼ ਸਾਡੇ ਵੱਲੋਂ ਕਿ ਕੁੜੀ ਇਹ ਬਹੁਤ ਤਰੱਕੀਆਂ ਕਰੇ, ਇੰਡੀਆ ਵਿੱਚ ਵੀ ਆਵੇ, ਗਾਵੇ, ਅਤੇ ਲੋਕਾਂ ਦਾ ਜਿਹੜਾ ਮਤਲਬ ਕਿ ਮਨੋਰੰਜਨ ਹੋਵੇ, ਹੈ ਨਾ। ਚੰਗੇ ਟੈਲੈਂਟ ਦੀ ਮਤਲਬ ਕਿ ਭਾਲ ਹੁੰਦੀ ਹੈ ਸਾਰਿਆਂ ਨੂੰ, ਅਤੇ ਚੰਗਾ ਟੈਲੈਂਟ ਹੋਣਾ ਚਾਹੀਦਾ। ਸੋ ਮਜ਼ਾ ਆਇਆ ਜੀ ਸਾਨੂੰ ਵੀਡੀਓ ਦੇਖ ਕੇ, ਤੁਹਾਨੂੰ ਕਿੱਦਾਂ ਲੱਗੀ ਸਾਨੂੰ ਨੀਚੇ ਕਮੈਂਟ ਜ਼ਰੂਰ ਕਰਕੇ ਦੱਸਿਓ। ਮੈਂ ਪਤਾ ਨਹੀਂ ਇੰਨਾ ਕਿਉਂ ਅੜਕ ਰਿਹਾ ਅੱਜ, ਅਤੇ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਸਾਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਮਿਲਦੇ ਹਾਂ ਅਸੀਂ ਤੁਹਾਨੂੰ ਹੁਣ ਕਿਸੇ ਹੋਰ ਵੀਡੀਓ 'ਚ, ਤਦ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਅਤੇ ਚੱਕੀ ਰੱਖੋ ਇੱਦਾਂ ਹੀ ਕੰਮ।